ओके नवीन सिंह क्या हाल और आप देख रहे हैं उप्स न्यूज ਤੇ ਸਭ ਤੋਂ ਪਹਿਲੀ ਜਿਹੜੀ ਨਿਊਜ਼ ਹੈ ਸਾਡੀ ਉਹ ਇਹ ਹੈ ਕਿ 22% ਲੋਕਾਂ ਨੂੰ ਲੱਗਦਾ ਹੈ ਕਿ ਜਿਹਦੇ ਨਾਮ ਦੇ ਪਿੱਛੇ ਮਾਨ ਲੱਗਾ ਹੋਏ ਉਹ ਬੰਦਾ ਸਿੰਗਰ ਹੀ ਹੋਵੇਗਾ। ਉਹ ਮੈਂ ਤਾਂ ਆਮ ਸ਼ਕਤੀਮਾਨ ਨੂੰ ਪਹਿਲਾਂ ਸਿੰਗਰ ਸਮਝਦਾ ਸੀ। ਓਏ ਸ਼ੁਕਰ ਕਰੋ ਸ਼ਕਤੀਮਾਨ ਪੰਜਾਬ ਨਹੀਂ ਆਇਆ, ਨਹੀਂ ਤਾਂ ਮਿਸ ਪੂਜਾ ਨਾਲ ਖਾਣਾ ਤਾਂ ਉਹਦਾ ਨਾ ਪਤਾ। ਔਰ ਗਾਣਾ ਕੀ ਹੋਣਾ ਸੀਗਾ, ਬੱਦਲ ਹੋ ਗਏ ਗੰਦੇ ਵੇ ਅਸੀਂ ਉੱਡਣਾ ਹੀ ਛੱਡ ਦਿੱਤਾ। ਆਪਣੇ ਬੱਚੇ ਨੂੰ ਸਕੂਲ ਭੇਜਦੇ ਆ, ਕਹਿੰਦਾ ਮੇਰੇ 94 ਬੱਚੇ ਘਰੇ ਸਕੂਲ ਕੋਲ। ਵੈਸੇ ਇੱਕ ਗੱਲ ਦਾ ਮੰਨਣ ਵਾਲੀ ਹੈ ਪੱਕ, ਕਿਹੜੀ ਕਿ ਕੁੜੀਆਂ ਕਿੰਨੀ ਸ਼ਿੱਦਤ ਨਾਲ ਸਾਰਾ ਦਿਨ ਭੁੱਖਿਆ ਰਹਿ ਕੇ ਕਰਵਾ ਚੌਥ ਦਾ ਵਰਤ ਰੱਖਦੀਆਂ ਨੇ। ਕਿਹੜਾ ਕਰਵਾ ਚੌਥ ਦਾ ਵਰਤ ਰੱਖਦੀਆਂ, ਭੁੱਖੇ ਰਹਿ ਗਏ। ਜਿਹੜਾ 5:30 ਉੱਠ ਕੇ ਸਵੇਰੇ 1.5 ਕਿਲੋ ਫੈਣੀਆਂ ਦੀ ਮੱਤ ਮਾਰਦੇ ਉਹ ਕਿੱਥੇ ਗਿਆ? ਫੇਰ ਹਾਂਜੀ, 1.5 ਕਿਲੋ ਸੇਬ ਖਾ ਲਏ, 7-8 ਕੇਲੇ ਖਾ ਲਏ, ਇੰਨਾ ਖਾਣ ਤੋਂ ਬਾਅਦ ਭੁੱਖ ਲੱਗਦੀ ਕਿਹਨੂੰ ਹੈ? ਬਸ ਖਾਣਾ ਨਾ ਕਿਨੋ, ਤੁਸੀਂ ਫੀਲਿੰਗ ਸਮਝੋ। ਫੀਲਿੰਗ ਕਿਹੜੀ ਫੀਲਿੰਗ? ਕਰਵਾ ਚੌਥ ਵਾਲੇ ਦਿਨ ਸਾਰਾ ਦਿਨ ਇੱਕ ਡਰਾਵਾ ਹੁੰਦਾ ਹੈ। ਕੱਲ ਸ਼ਾਪਿੰਗ ਕਹੋਗੇ ਕਿ ਰਸਗੁੱਲਾ ਖਾ ਕੇ ਆਪਣੀ? ਪਿਆਰ ਮੈਨੂੰ ਪਤਾ ਹੈ, ਸਾਰਾ ਦਿਨ ਭੁੱਖੀਆਂ ਭੁੱਖੀਆਂ ਸ਼ਾਮ ਨੂੰ ਨਾ 5-6 ਜਨਾਨੀ ਮਹੱਲੇ ਦੀਆਂ ਆ ਕੇ ਪੁੱਠੀਆਂ ਮੱਤਾਂ ਦੇਣਗੀਆਂ। ਰੁੱਸੇ ਨੂੰ ਮਨਾਈ ਨਾ, ਜਨਾਨੀ ਤਾਂ ਪਹਿਲਾਂ ਸਿੱਧੇ ਮੂੰਹ ਗੱਲ ਨੀ ਕਰਦੀ, ਉਹਨੂੰ ਅੱਛੀ ਚੀਜ਼ ਸਿਖਾਓ, ਰੁੱਸੇ ਨੂੰ ਮਨਾਈ ਨਾ। ਮਤਲਬ ਜਨਾਨੀ ਨੇ ਨੀ ਮਨਾਉਣਾ ਤਾਂ ਹੋਰ ਕਿਹਨੇ ਮਨਾਉਣਾ? ਤੁਸੀਂ ਰੁੱਸਦੇ ਕਿਉਂ ਹੋ ਕਰਵਾ ਚੌਥ ਵਾਲੇ ਦਿਨ? ਬੰਦਾ ਰੁੱਸਦਾ ਨਹੀਂ ਹੁੰਦਾ। ਬੰਦੇ ਦੀ ਜਨਾਨੀ ਕਦੀ, ਤੂੰ ਦੇਖਿਆ ਵਿਆਹ ਦੀ ਐਲਬਮ, ਬੰਦਾ ਵਿਆਹ ਤੋਂ ਬਾਅਦ ਕਦੀ ਦੇਖਦਾ? ਜੇ ਦੇਖਦਾ ਵੀ ਪੁੱਠੀ ਕਰਕੇ ਦੇਖਦਾ, ਆ ਮਿਲਣੀ ਦਾ ਸੀਨ ਆ ਗਿਆ, ਇਹ ਆਪਣੇ ਘਰ ਗਈ, ਇਹ ਆਪਣੇ ਘਰ ਗਈ। ਬੰਦਾ ਕਦੀ ਸੋਹਣਾ ਨਹੀਂ ਲੱਗਾ ਤੇ ਕਿਉਂ ਦੇਖੇਗਾ? ਕੁੜੀਆਂ ਨੂੰ ਬੰਦਾ ਤਾਂ ਕਦੀ ਸੋਹਣਾ ਨਹੀਂ ਲੱਗਦਾ, ਬੰਦੇ ਦੇ ਪੈਸੇ ਹੋਣੇ ਲੱਗਦੇ ਆ। ਵਿਆਹ ਵਾਲੇ ਦਿਨ ਉਹਦੇ ਕੋਲ ਪੈਸੇ ਵੀ ਨਹੀਂ ਹੁੰਦੇ, ਕਦੀ ਦੇਖਿਆ ਬਟੂਆ ਪਾ ਕੇ ਰੱਖਦਾ ਦੂਰ? ਹਾਂ, ਸਾਰੇ ਪੈਸੇ ਤਾਂ ਰੀਬਨ ਕਟਾਈ। ਵੈਸੇ ਦੀਪਕ ਸਾਡੀ ਕੱਚੀ ਪੈਨਸਲ ਕਿੱਧਰ ਹੈ? ਉਹ ਮੈਂ ਇੱਥੇ ਆ ਜੀ। ਤੂੰ ਕਿੱਥੇ ਗਿਆ ਸੀ? ਉਹ ਮੈਨੂੰ ਲੱਗਾ ਵੀਡੀਓ 'ਚ ਗਲੈਮਰ ਦੀ ਕਮੀ ਆ, ਮੈਂ ਖੁਦ ਆਪ ਹੀ ਪਾ ਲਾਂ। ਤੂੰ ਗਲੈਮਰ ਨਹੀਂ ਕਾਕਾ, ਕਮੀਜ਼ ਪਾ। ਔਰ ਸਰ ਤੁਸੀਂ ਸਬਸਕ੍ਰਾਈਬ ਕਰੋ ਅਗਰ ਤੁਸੀਂ ਸਾਡੀ ਅਗਲੀ ਵੀਡੀਓ ਔਰ ਅਗਲੀ ਖਤਰਨਾਕ ਨਿਊਜ਼ ਸੁਣਨਾ ਚਾਹੁੰਦੇ ਹੋ।